ਸਰਕਾਰੀ ਹਸਪਤਾਲਾਂ ਦੇ ਵਿੱਚ ਛੋਟੀ ਛੋਟੀ ਗਲਤੀਆਂ ਮਰੀਜ਼ਾਂ ਦੇ ਹੋਸ਼ ਉਡਾ ਦਿੰਦੀਆਂ ਨੇ। ਸ਼ਾਇਦ ਇਹੀ ਕਾਰਨ ਹੈ ਕਿ ਸਰਕਾਰੀ ਹਸਪਤਾਲਾਂ ਦਾ ਲੋਕ ਛੇਤੀ ਰੁਖ ਨਹੀਂ ਕਰਦੇ। ਕੁਝ ਅਜਿਹਾ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਤੋਂ ਸਾਹਮਣੇ ਆਇਆ ਹੈ, ਜਿੱਥੇ ਕਿ ਇੱਕ ਵੱਖਰਾ ਹੀ ਕਿੱਸਾ ਸੁਣਨ ਨੂੰ ਮਿਲਿਆ ਹੈ ਜਿਸ ਨੇ ਸਾਰਿਆਂ ਦੇ ਹੋਸ਼ ਉਡਾ ਦਿੱਤੇ ਨੇ। ਦਰਅਸਲ ਇੱਕ ਗਰਭਵਤੀ ਔਰਤ ਹਸਪਤਾਲ ਦੇ ਵਿੱਚ ਆਪਣਾ ਇਲਾਜ ਕਰਵਾਉਣ ਦੇ ਲਈ ਪੁੱਜਦੀ ਹੈ। ਜਦ ਹਸਪਤਾਲ ਦੇ ਵੱਲੋਂ ਉਸ ਦਾ ਬਲੱਡ ਗਰੁੱਪ ਚੈੱਕ ਕੀਤਾ ਜਾਂਦਾ ਹੈ ਤਾਂ ਉਹ ਬੀ ਨੈਗੇਟਿਵ ਨਿਕਲਦਾ ਹੈ, ਜਦਕਿ ਪਰਿਵਾਰਕ ਮੈਂਬਰਾਂ ਦੇ ਵੱਲੋਂ ਕੁਝ ਦਿਨ ਪਹਿਲਾਂ ਹੀ ਔਰਤ ਦਾ ਬਲੱਡ ਗਰੁੱਪ ਟੈਸਟ ਕਰਵਾਇਆ ਗਿਆ ਸੀ ਜੋ ਕਿ ਬੀ ਪੋਜ਼ਿਟਿਵ ਨਿਕਲਿਆ ਸੀ। ਇਸ ਤੋਂ ਬਾਅਦ ਜਦ ਪਰਿਵਾਰਕ ਮੈਂਬਰਾਂ ਨੂੰ ਸ਼ੱਕ ਹੁੰਦਾ ਹੈ ਤਾਂ ਉਹ ਦੁਬਾਰਾ ਤੋਂ ਇੱਕ ਪ੍ਰਾਈਵੇਟ ਲੈਬ ਦਾ ਰੁਖ ਕਰਦੇ ਨੇ ਅਤੇ ਇੱਕ ਵਾਰ ਫਿਰ ਤੋਂ ਬਲੱਡ ਗਰੁੱਪ ਦੀ ਜਾਂਚ ਕਰਵਾਈ ਜਾਂਦੀ ਹੈ। ਪ੍ਰਾਈਵੇਟ ਲੈਬ ਦੇ ਵੱਲੋਂ ਉਸ ਔਰਤ ਦੇ ਬਲੱਡ ਗਰੁੱਪ ਨੂੰ ਬੀ ਪੋਜ਼ਿਟਿਵ ਦੱਸਿਆ ਜਾਂਦਾ ਹੈ। ਮੇਰਾ ਨਾਮ ਸਾਹਿਬ ਹੈ। ਸਾਹਿਬ ਜੀ ਕੀ ਹੋਇਆ, ਤੁਹਾਡੀ ਪਤਨੀ ਦਾ ਨਾਮ ਕੀ ਹੈ? ਮੇਰੀ ਮਿਸਿਜ਼ ਦਾ ਨਾਮ ਮੋਨਿਕਾ ਹੈ। ਮੈਂ ਤਕਰੀਬਨ ਪਿਛਲੇ 6 ਮਹੀਨੇ ਤੋਂ ਟ੍ਰੀਟਮੈਂਟ ਕਰਵਾ ਰਿਹਾ ਸਿਵਲ ਹਸਪੀਟਲ ਅੰਮ੍ਰਿਤਸਰ ਤੋਂ। ਅਤੇ ਸਭ ਤੋਂ ਪਹਿਲਾਂ ਅਸੀਂ ਟ੍ਰੀਟਮੈਂਟ ਕਰਾਉਂਦੇ ਹਾਂ, ਸਾਨੂੰ ਜੋ ਡਾਕਟਰ ਸਾਹਿਬ, ਕਿਉਂਕਿ ਇੱਥੇ ਸਾਰੇ ਡਿਗਰੀ ਹੋਲਡਰ ਬੈਠੇ ਆ, ਡਾਕਟਰ ਜੋ ਲੈ ਕੇ ਗਏ ਉਹ 'ਤੇ ਵਿਸ਼ਵਾਸ ਵੀ ਹੁੰਦਾ ਆ, ਅਸੀਂ ਉਹਨਾਂ ਦੇ ਕਹੇ ਅਨੁਸਾਰ ਜੋ ਜੋ ਰਿਪੋਰਟਸ ਉਹਨਾਂ ਨੇ ਕਿਹਾ ਆਪਾਂ ਸਾਰੀਆਂ ਰਿਪੋਰਟਾਂ ਤਿਆਰ ਕਰਵਾਈਆਂ। ਹੋਸਪਿਟਲ ਕਿਹੜਾ? ਅਤੇ ਇਹ ਸਿਵਲ ਹੋਸਪਿਟਲ ਹੈ, JBBM ਹੋਸਪਿਟਲ ਅੰਮ੍ਰਿਤਸਰ। ਉਹਦੇ ਨਾਲ ਇਸ ਤਰ੍ਹਾਂ ਹੈ ਕਿ ਸਭ ਤੋਂ ਪਹਿਲਾਂ ਆਪਾਂ ਰਿਪੋਰਟ ਇਹ ਕਰਾਈ ਸੀਗੀ। ਇਹ ਤਾਂ ਚਲੋ ਨੋਰਮਲੀ ਆਪਾਂ ਕੋਈ ਥੋੜ੍ਹਾ ਬਹੁਤ ਛੋਟਾ ਮੋਟਾ ਟ੍ਰੀਟਮੈਂਟ ਜਦੋਂ ਸਟਾਰਟਿੰਗ ਅਤੇ ਜਿਹੜਾ ਟ੍ਰੀਟਮੈਂਟ ਬਾਹਰੋਂ ਕਰਵਾਇਆ ਆਪਾਂ ਪ੍ਰਾਈਵੇਟ, ਅਤੇ ਉਹਦੇ ਵਿੱਚ ਸਾਡੀ ਨਾ ਬੀ ਪੋਜ਼ਿਟਿਵ ਆਈ ਸੀਗੀ ਰਿਪੋਰਟ। ਚਲੋ ਇਹ ਪ੍ਰਾਈਵੇਟ, ਹਾਂਜੀ ਇਹ ਕਰਵਾਈ ਅਸੀਂ ਤਕਰੀਬਨ 24/12/2018 ਦੇ ਵਿੱਚ, ਠੀਕ ਹੈ। ਉਸ ਤੋਂ ਬਾਅਦ ਇਹ ਰਿਪੋਰਟ ਨੂੰ ਆਪਾਂ ਚਲ ਨਹੀਂ ਮੰਨਦੇ, ਉਸ ਤੋਂ ਬਾਅਦ ਸਾਡਾ ਇਲਾਜ ਸ਼ੁਰੂ ਹੋ ਗਿਆ ਇੱਥੋਂ ਸਰਕਾਰੀ ਹੋਸਪਿਟਲ ਦੇ ਵਿੱਚੋਂ। ਸਰਕਾਰੀ ਹੋਸਪਿਟਲ ਦੇ ਵਿੱਚੋਂ ਇਲਾਜ ਕਰਾਉਣਾ ਸ਼ੁਰੂ ਕੀਤਾ, ਫਿਰ ਇਹਨਾਂ ਨੇ ਬੀ ਪੋਜ਼ਿਟਿਵ ਹੀ ਰਿਪੋਰਟ ਦਿੱਤੀ, ਬੀ ਪੋਜ਼ਿਟਿਵ ਰਿਪੋਰਟ ਦਿੱਤੀ। ਬੀ ਪੋਜ਼ਿਟਿਵ ਰਿਪੋਰਟ ਜਿਹੜੀ ਤਕਰੀਬਨ ਅੱਜ ਤੋਂ ਮਤਲਬ 3 ਕੁ ਮਹੀਨੇ ਪਹਿਲਾਂ ਦੀ ਬਣੀ ਹੋਈ ਆ ਬੀ ਪੋਜ਼ਿਟਿਵ ਰਿਪੋਰਟ। ਉਸ ਤੋਂ ਬਾਅਦ ਜਦੋਂ ਇਹ ਰਿਪੋਰਟ ਪਾਈ ਅਸੀਂ, ਚਲੋ ਫਿਰ ਉਸ ਤੋਂ ਬਾਅਦ ਇਹਨਾਂ ਦੇ ਕਈ ਅਨੁਸਾਰ ਟ੍ਰੀਟਮੈਂਟ ਕਰਾਉਂਦੇ ਰਹੇ। ਬਾਅਦ 'ਚ ਉਸ ਤੋਂ ਬਾਅਦ ਜਿਹੜੀ ਰਿਪੋਰਟ ਅਸੀਂ ਕਾਫੀ ਦੇਰ ਬਾਅਦ ਮਤਲਬ 6-9 ਮਹੀਨੇ ਜਦੋਂ ਆਪਾਂ ਰਿਪੋਰਟ ਕਰਵਾਈ ਆ, ਅਤੇ ਮਤਲਬ ਹੋ ਗਏ ਥੋੜ੍ਹੇ ਦਿਨ ਹੀ ਹੋ ਗਏ ਆ ਜਿਹੜੀ ਰਿਪੋਰਟ ਕਰੀ, ਉਹਦੇ ਵਿੱਚ ਇਹਨਾਂ ਨੇ ਬੀ ਨੈਗੇਟਿਵ ਪਾਤੀ ਆ, ਬੀ ਨੈਗੇਟਿਵ ਰਿਪੋਰਟ ਇਹਨਾਂ ਨੇ ਸ਼ੋਅ ਕਰ ਦਿੱਤੀ। ਫਿਰ ਮੈਨੂੰ ਸ਼ੱਕ ਜਿਹਾ ਮਹਿਸੂਸ ਹੋਇਆ ਕਿ ਜਿਹੜੀ ਪ੍ਰਾਈਵੇਟ ਕਰਵਾਈ ਆ ਆਪਾਂ ਲੱਭਿਆ, ਉਹਦੇ ਵਿੱਚ ਬੀ ਪੋਜ਼ਿਟਿਵ ਆਇਆ। ਫਿਰ ਪਹਿਲੀ ਵਾਰੀ ਰਿਪੋਰਟ ਇਹਨਾਂ ਨੂੰ ਬੀ ਪੋਜ਼ਿਟਿਵ ਪਾਈ, ਹੁਣ ਇਹਨਾਂ ਨੇ ਬੀ ਨੈਗੇਟਿਵ ਰਿਪੋਰਟ ਕਿਵੇਂ ਪਾਤੀ ਹੈ ਯਕਦਮ? ਕਿਉਂਕਿ ਜਦੋਂ ਕਾਰਡ ਬਣਿਆ, ਕਾਰਡ ਬਣਨ ਤੋਂ ਬਾਅਦ ਬੀ ਨੈਗੇਟਿਵ ਰਿਪੋਰਟ ਪਾਤੀ, ਉਸ ਤੋਂ ਬਾਅਦ ਸਾਨੂੰ ਸਮੱਸਿਆ ਇਹ ਖੜੀ ਆ ਗਈ ਵੀ ਹੁਣ ਤਾਂ ਬਿਲਕੁਲ ਜਿਹੜਾ ਟ੍ਰੀਟਮੈਂਟ ਆਖਰੀ ਸਟੇਜ 'ਤੇ ਹੈਗਾ, ਲਾਸਟਲੀ ਸਟੇਜ 'ਤੇ ਆਉਣ ਤੋਂ ਬਾਅਦ ਸਾਨੂੰ ਇਹ ਸਮੱਸਿਆ ਆਉਂਦੀ ਵੀ ਬੀ ਨੈਗੇਟਿਵ ਜੇ ਖੂਨ ਆ ਗਿਆ, ਬੀ ਪੋਜ਼ਿਟਿਵ ਪਹਿਲਾਂ ਸੀ ਹੁਣ ਨੈਗੇਟਿਵ, ਇਹਨਾਂ ਨੇ ਕਹਿ ਦਿੱਤਾ ਆਪਣੇ ਡਾਕਟਰਾਂ ਦੇ ਕਹਿਣ 'ਤੇ ਮੰਨਣਾ, ਜੇ ਹੁਣ ਬੀ ਨੈਗੇਟਿਵ ਖੂਨ ਆ ਗਿਆ ਤਾਂ ਯਕਦਮ ਅਸੀਂ ਖੂਨ ਕਿੱਥੋਂ ਲਿਆਵਾਂਗੇ? ਇਹ ਆਪਣਾ ਇੱਜ਼ਤ ਮਾਣ ਸਤਿਕਾਰ ਦੇ ਨਾਲ ਆਪਾਂ ਮਰੀਜ਼ ਦੀ ਕੇਅਰ ਕਰਨ, ਪੰਜਾਬ ਸਰਕਾਰ ਨੇ ਹਦਾਇਤਾਂ ਦਿੱਤੀਆਂ ਨੇ ਕਿ ਹਰ ਬੰਦੇ ਦੀ ਕੇਅਰ ਕੀਤੀ ਜਾਵੇ, ਰੱਖਿਆ ਕੀਤੀ ਜਾਵੇ। ਅਤੇ ਇਹ ਰੱਖੇ ਅਣਗਹਿਲੀ ਦੇ ਵਿੱਚ ਜਿਸ ਤਰ੍ਹਾਂ ਕੰਮ ਹੋ ਗਿਆ, ਅਣਗਹਿਲੀ ਦੇ ਵਿੱਚ ਮੇਰੀਆਂ 2 ਜਾਨਾਂ ਨੂੰ ਖਤਰਾ ਹੋ ਜਾਂਦਾ ਅਤੇ ਕੌਣ ਜ਼ਿੰਮੇਵਾਰ ਸੀ? ਮੈਂ ਤੁਹਾਡੇ ਧਿਆਨ ਵਿੱਚ ਲਿਆਉਣਾ ਚਾਹੁੰਦਾ ਕਿ ਸਾਹਿਬ ਸਿੰਘ ਜੀ ਦੀ ਮੈਨੂੰ ਇੱਕ ਟੈਲੀਫੋਨਿਕਲੀ ਆਇਆ ਕਿ ਸਰ ਤੁਹਾਡੇ 'ਤੇ ਇੱਕ ਰਿਪੋਰਟ ਇਸ਼ੂ ਹੋਈ ਹੈ ਜਿਹੜੀ ਕਿ ਰਿਪੋਰਟ ਗਲਤ ਹੋਈ ਹੈ। ਕਹਿੰਦਾ ਪਿਆ ਸੀ ਕੋਈ ਨੈਗੇਟਿਵ ਜਾਂ ਪੋਜ਼ਿਟਿਵ, ਇਸ ਤਰ੍ਹਾਂ ਕੁਝ ਕਹਿ ਰਹੇ ਸੀਗੇ, ਬਟ ਬਿਕੋਜ਼ ਉਹਨਾਂ ਟੈਲੀਫੋਨਿਕਲੀ ਗੱਲ ਕੀਤੀ, ਜਦ ਤੱਕ ਰਿਪੋਰਟ ਮੇਰੇ ਸਾਹਮਣੇ ਨਹੀਂ ਹੈਗੇ ਕੋਈ ਕੁਝ ਕਮੈਂਟ ਨਹੀਂ ਕਰ ਸਕਦਾ, ਕਿਉਂਕਿ ਉਹਨੇ ਮੈਨੂੰ ਕਿਹਾ ਕਿ ਨੈਗੇਟਿਵ ਪੋਜ਼ਿਟਿਵ ਹੈਗੀ ਆ। ਮੈਂ ਬੇਟਾ ਇਹਦੇ ਬਾਰੇ ਮੈਂ ਕੁਝ ਤਾਂ ਹੀ ਕਹਾਂਗਾ ਜਿਸ ਵਕਤ ਰਿਪੋਰਟ ਮੇਰੇ ਸਾਹਮਣੇ ਆਏਗੀ, ਅਤੇ ਮੈਂ ਆਪ ਨੂੰ ਇਹ ਕਹਿਣਾ ਚਾਹੁੰਦਾ ਮੇਰੇ ਕੋਲ ਲਿਆਵੇ ਰਿਪੋਰਟ ਆਵੇਗੀ, ਜਿਹੜਾ ਵੀ ਸੰਬੰਧਿਤ ਕਰਮਚਾਰੀ ਹੋਊਗਾ, ਕਿਉਂਕਿ ਅਸੀਂ ਬੈਠੇ ਤਾਂ ਲੋਕਾਂ ਦੀ ਸੇਵਾ ਵਾਸਤੇ, ਲੋਕਾਂ ਦੀ ਧਿਆਨ ਦੇਣ ਵਾਸਤੇ। ਅਗਰ ਕਿਸੇ ਤਰੀਕੇ ਦੀ ਕੋਈ ਗਲਤੀ ਹੋਏਗੀ ਤਾਂ ਜਿਹੜਾ ਸੰਬੰਧਿਤ ਕਰਮਚਾਰੀ ਹੋਏਗਾ ਉਹਦੇ ਖਿਲਾਫ ਸਟ੍ਰਿਕਟ ਐਕਸ਼ਨ ਲਿਆ ਜਾਏਗਾ। ਇਸ ਮਾਮਲੇ ਨੇ ਇੱਕ ਵਾਰ ਫਿਰ ਤੋਂ ਸਰਕਾਰੀ ਹਸਪਤਾਲਾਂ ਦੇ ਪ੍ਰਬੰਧਾਂ ਦੇ ਉੱਤੇ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਦਿੱਤੇ ਨੇ ਅਤੇ ਸਰਕਾਰੀ ਹਸਪਤਾਲਾਂ ਦੇ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਅੰਮ੍ਰਿਤਸਰ ਤੋਂ ਧਰਮਵੀਰ ਗਿੱਲ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ, ਦਾ ਟੀਵੀ, NRI।